ਵਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ DGP ਪੰਜਾਬ ਸੁਰੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਤਰਨ ਤਾਰਨ ਵਿਖੇ ਟ੍ਰੈਫਿਕ ਪੁਲਿਸ ਵੱਲੋਂ ਸਕੂਲੀ ਬੱਚਿਆਂ ਦੇ ਸੜਕ ਹਾਦਸਿਆਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਨੂੰ ਹੋਰ ਵਧੀਆ ਬਣਾਉਣ ਲਈ ਵਿਦਿਆਰਥੀਆਂ ਦੇ ਟੈਸਟ ਲਏ ਗਏ ਅਤੇ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਵੀ ਕੀਤਾ ਗਿਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ SHO ਅਸ਼ਵਨੀ ਕੁਮਾਰ ਨੇ ਦੱਸਿਆ ਕਿ ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ DGP ਪੰਜਾਬ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਲੜੀ ਤਹਿਤ ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਸਕੂਲੀ ਬੱਚਿਆਂ ਦੇ ਇਮਤਿਹਾਨ ਲਏ ਗਏ ਅਤੇ ਸਕੂਲ ਦੇ ਬੱਚਿਆਂ ਵੱਲੋਂ ਆਪਣੇ ਵੱਖ ਵੱਖ ਵਿਚਾਰ ਵੀ ਪ੍ਰਗਟ ਕੀਤੇ ਗਏ। ਉਹਨਾਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਵਿੱਚੋਂ ਕੋਈ 3 ਬੱਚੇ ਸਿਲੈਕਟ ਕੀਤੇ ਜਾਣਗੇ ਅਤੇ ਸਿਲੈਕਟ ਕੀਤੇ ਗਏ ਬੱਚਿਆਂ ਨੂੰ DGP ਪੰਜਾਬ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਏਗਾ। ਜੀ ਸਾਡੇ DGP ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਜੀ ਅਤੇ DGP ਪੰਜਾਬ ਟ੍ਰੈਫਿਕ ਪੰਜਾਬ ਜੀ ਦੇ ਉਪਰਾਲਿਆਂ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਇਹ ਪੰਜਾਬ ਲੈਵਲ 'ਤੇ ਜਿਹੜਾ ਮਨਾਇਆ ਜਾ ਰਿਹਾ, ਜਿਹਦੇ ਨਾਲ ਕਿ ਬੱਚਿਆਂ ਨੂੰ ਰੋਡ ਸੇਫਟੀ ਦੇ ਲਈ ਜੋ ਵੀ ਉਪਰਾਲੇ ਸਾਡੇ ਵੱਲੋਂ ਕੀਤੇ ਜਾਣਗੇ ਉਹ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ। ਹੁਣ ਅੱਜ ਦਾ ਅਸੀਂ ਟੈਸਟ ਬੱਚਿਆਂ ਦਾ ਇੱਕ ਇਹ ਰੱਖਿਆ ਕਿ ਜਿਹੜੇ ਬੱਚੇ ਲੋਕ ਪੈਦਲ ਚੱਲਣਗੇ ਉਹਨਾਂ ਵਾਸਤੇ ਬੱਚੇ ਜਿਹੜੇ ਆ ਕਿਸ ਤਰ੍ਹਾਂ ਰੋਡ ਸੇਫਟੀ ਦੇ ਵਿੱਚ ਜਿਹੜਾ ਕੋਈ ਬੱਚਾ ਸਾਡੇ ਕੋਲ ਇਹਨਾਂ ਕੋਲ ਲਿਖ ਕੇ ਅਸੀਂ ਲੈ ਰਹੇ ਹਾਂ, ਜਿਹੜਾ ਵੀ ਬੱਚਾ 3 ਬੱਚੇ ਇਹਨਾਂ ਦੇ ਵਿੱਚੋਂ ਅੱਛੇ ਜਿਹੜੇ ਆ ਆਉਣਗੇ ਉਹਨਾਂ ਨੂੰ ਪੰਜਾਬ ਲੈਵਲ ਦੇ ਉੱਤੇ ਸਾਡੇ DGP ਸਾਹਿਬ ਵੱਲੋਂ ਸਨਮਾਨਿਤ ਜਿਹੜਾ ਕੀਤਾ ਜਾਏਗਾ। ਇਸ ਸੰਬੰਧੀ ਅਸੀਂ ਆਪਣੇ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਮ ਜੀ ਨੂੰ ਆ ਕੇ ਕੱਲ੍ਹ ਰਿਕੁਐਸਟ ਕੀਤੀ, ਜਿਨ੍ਹਾਂ ਨੇ ਸਾਡੀ ਇਸ ਰਿਕੁਐਸਟ ਨੂੰ ਜਿਹੜਾ ਕਬੂਲ ਕਰਕੇ ਸਾਡਾ ਜਿਹੜਾ ਬਹੁਤ ਜ਼ਿਆਦਾ ਸਾਥ ਦਿੱਤਾ ਅਤੇ ਬੱਚਿਆਂ ਨੂੰ ਸਾਡੇ ਨਾਲ ਜੋੜ ਕੇ ਔਰ ਇਹ ਜਿਹੜਾ ਸਾਡਾ ਪੁਰਾਣਾ ਜਿਹੜਾ ਵਾ ਪੂਰਾ ਕਰਾਇਆ। ਪੰਜਾਬ ਲੈਵਲ 'ਤੇ ਸਾਰੇ ਹੀ ਸਕੂਲਾਂ ਦੇ ਵਿੱਚ ਜਿਹੜਾ ਕਰਾਇਆ ਜਾ ਰਿਹਾ ਵਾ, ਪਰ ਇੱਥੇ ਤਰਨ ਤਾਰਨ ਦੇ ਵਿੱਚ ਸਾਡਾ ਇਸ ਮੈਮ ਜੀ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਵਾ, ਪ੍ਰਿੰਸੀਪਲ ਮੈਮ ਨੇ, ਔਰ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ ਜਿਹਨੇ ਸਾਨੂੰ ਇਸ ਦੇ ਲਈ ਤਹਿ ਦਿਲੋਂ ਧੰਨਵਾਦੀ ਹਾਂ ਕਿ ਆਪਣੇ ਜਿਹੜੇ ਇੱਕ ਅਲਰਟਨੈਸ ਇੱਕ ਅਵੇਅਰਨੈਸ ਵਾਸਤੇ ਜੋ ਇੱਕ ਮੁਹਿੰਮ ਚੱਲੀ ਹੈ ਬੱਚਿਆਂ ਨੂੰ ਪੋਸਟਰ ਮੇਕਿੰਗ ਦੇ ਥਰੂ ਜਾਂ ਸਲੋਗਨ ਰਾਈਟਿੰਗ ਦੇ ਥਰੂ ਜਾਂ ਅਲੱਗ ਅਲੱਗ ਐਕਟੀਵਿਟੀਜ਼ ਕਰਵਾਈਆਂ ਜਾ ਰਹੀਆਂ, ਅਸੀਂ ਜੋ ਵੀ ਕੰਮ ਕਰਦੇ ਹਾਂ ਬੱਚਿਆਂ ਦੇ ਭਲੇ ਲਈ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਲਿਆਉਣ ਵਾਸਤੇ ਜੋ ਕਰਦੇ ਹਾਂ, ਬੱਚੇ ਉਸ ਚੀਜ਼ ਤੋਂ ਸਿੱਖਦੇ ਨੇ। ਅੱਜ ਜੋ ਬੱਚੇ ਕੰਪੀਟੀਸ਼ਨ 'ਚ ਪਾਰਟੀਸਪੇਟ ਕਰ ਰਹੇ ਨੇ ਇਹ ਇਸ ਚੀਜ਼ ਨੂੰ ਇੰਨੀ ਜਲਦੀ ਭੁੱਲਣਗੇ ਨਹੀਂ, ਇਹਨਾਂ ਨੂੰ ਇਹ ਦਿਲ 'ਚ ਇੱਕ ਅਮਿਟ ਛਾਪ ਛੱਡ ਕੇ ਜਾਏਗਾ ਕਿ ਅੱਜ ਅਸੀਂ ਇਹ ਰੂਲਸ ਖੁਦ ਡਰਾ ਕੀਤੇ ਨੇ, ਪੇਂਟ ਕੀਤੇ ਨੇ, ਹੋਰ ਉਹਦੇ ਬਾਰੇ ਸਲੋਗਨਸ ਲਿਖੇ ਨੇ, ਅਤੇ ਜ਼ਰੂਰ ਇਸ ਚੀਜ਼ ਦੀ ਗਹਿਰੀ ਛਾਪ ਉਹਨਾਂ ਦੇ ਦਿਲਾਂ ਵਿੱਚ ਰਹਿੰਦੀ ਹੈ। ਅਤੇ ਮੈਂ ਸਮਝਦੀ ਇੱਕ ਬਹੁਤ ਹੀ ਅੱਛਾ ਕਦਮ ਹੈ ਇਹਨਾਂ ਵੱਲੋਂ ਚੁੱਕਿਆ ਗਿਆ ਜਿਹੜਾ ਇਸ ਡਿਪਾਰਟਮੈਂਟ ਵੱਲੋਂ ਕਿ ਜੋ ਬੱਚਿਆਂ ਨੂੰ ਇੱਕ ਲੌਂਗ ਲਾਸਟਿੰਗ ਇਫੈਕਟ ਉਹਨਾਂ ਦੇ ਮਨ 'ਚ ਰਹੇਗਾ ਅਤੇ ਬੱਚੇ ਇਸੇ ਨੂੰ ਯਾਦ ਰੱਖਣਗੇ ਔਰ ਆਪਣੀ ਜ਼ਿੰਦਗੀ 'ਚ ਫੋਲੋ ਕਰਨਗੇ, ਕਿਉਂਕਿ ਪੜ੍ਹਾਈ ਤਾਂ ਆਪਣੀ ਜਗ੍ਹਾ ਹੈ ਹੀ ਹੈ, ਇੱਕ ਆਪਣੀ ਜ਼ਿੰਦਗੀ ਦੀ ਸੇਫਟੀ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜੋ ਬੱਚੇ ਨੂੰ ਸਭ ਤੋਂ ਕਹੀਏ ਕਿ ਪ੍ਰਾਇਓਰਟੀ ਬੇਸ 'ਤੇ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਤਰਨ ਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।